ਜਲੰਦਵੀ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਜਿਹੜੀ ਵੀਡੀਓ ਦਾ ਟੌਪਿਕ ਹੈ ਜੀ, ਅਗਰ ਕਿਸੇ ਬੰਦੇ ਦਾ ਲੰਬਾ ਧੜ ਹੈ ਤੇ ਲੱਤਾਂ ਜਿਹੜੀਆਂ ਛੋਟੀਆਂ ਲੱਗ ਰਹੀਆਂ ਹਨ। ਮਤਲਬ ਕਿ ਇੱਕ ਅਨੁਪਾਤ ਦੇ ਵਿੱਚ ਲੰਬਾ ਧੜ ਲੱਗਦਾ ਹੈ ਤੇ ਲੱਤਾਂ ਥੋੜੀਆਂ ਛੋਟੀਆਂ ਤੁਹਾਨੂੰ ਲੱਗਦੀਆਂ ਹਨ। ਤੇ ਉਹ ਲੋਕ ਇਸ ਕੈਟਾਗਰੀ ਦੇ ਵਿੱਚ ਆਉਂਦੇ ਹਨ। ਇਹ ਲੋਕ ਬਹੁਤ ਜ਼ਿਆਦਾ ਹਸਮੁਖ ਹੁੰਦੇ ਹਨ ਤੇ ਇਹਨਾਂ ਨੂੰ ਇੱਕ ਜੇ ਨਾਲ ਮਜ਼ਾਕ ਕਰਨਾ ਬਹੁਤ ਚੰਗਾ ਲੱਗਦਾ ਹੈ। ਜਿਸ ਦੀ ਵਜ੍ਹਾ ਦੇ ਨਾਲ ਕੀ ਹੁੰਦਾ ਹੈ ਕਿ ਅਗਰ ਇਹਨਾਂ ਦਾ ਦੋਸਤਾਂ ਦਾ ਸਰਕਲ ਹੈ ਤੁਹਾਨੂੰ ਦੇ ਵਿੱਚ ਇਹ ਲੋਕ ਜਿਹੜੇ ਹਨ ਕਾਫੀ ਲੋਕਪ੍ਰੀਆ ਹੁੰਦੇ ਹਨ। ਮ ਜਿੰਨੇ ਵੀ ਇਹਨਾਂ ਦੇ ਦੋਸਤ ਹੁੰਦੇ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹਨਾਂ ਦੇ ਹਾਉ ਪਾਉ ਤੋਂ ਇਹਨਾਂ ਦੀਆਂ ਆਦਤਾਂ ਤੋਂ ਜਰੂਰ ਲੋਕ ਜਿਹੜੇ ਹੱਸਦੇ ਹਨ ਤੇ ਲੋਟਪੋਟ ਵੀ ਹੁੰਦੇ ਹਨ ਇਹਨਾਂ ਦੇ ਇਸੇ ਸੁਭਾਅ ਦੇ ਕਾਰਨ ਜਿਹੜੇ ਦੋਸਤਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਪ੍ਰੀਆ ਹੁੰਦੇ ਹਨ ਤੇ ਦੋਸਤਾਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਦੋਸਤਾਂ ਦਾ ਸਰਕਲ ਬਹੁਤ ਵੱਡਾ ਸਰਕਲ ਹੁੰਦਾ ਹੈ ਦੋਸਤੀ ਦਾ ਹੁਣ ਇਹਨਾਂ ਨੂੰ ਅਗਰ ਕਿਸੇ ਪਾਰਟੀ ਦੇ ਵਿੱਚ ਸੱਦਿਆ ਜਾਵੇ ਤਾਂ ਇੱਕਦਮ ਜਿਹੜੇ ਹਨ ਇਹ ਉੱਥੇ ਜਾ ਕੇ ਕੋਲ ਮਿਲ ਜਾਂਦੇ ਹਨ ਬਾਕੀ ਗੈਦਰਿੰਗ ਜਿੰਨੀ ਮਰਜ਼ੀ ਹੋਵੇ ਜਾਂ ਪਾਰਟੀ ਦੇ ਵਿੱਚ ਜਿੰਨੇ ਮਰਜ਼ੀ ਲੋਕ ਆਏ ਹੋਣ ਇਹ ਸਾਰਿਆਂ ਤੋਂ ਅਲੱਗ ਨਜ਼ਰ ਆਉਂਦੇ ਹਨ ਤੁਸੀਂ ਇਹਨਾਂ ਨੂੰ ਦੇਖੋਗੇ ਕਿ ਇਹਨਾਂ ਦੇ ਨਾਲ ਜਿਹੜਾ ਕਾਫੀ ਇੱਕ ਤਰ੍ਹਾਂ ਦਾ ਝੌਂਡ ਬਣ ਜਾਂਦਾ ਹੈ ਤੇ ਝੌਂਡ ਦੇ ਵਿੱਚ ਇਹਨਾਂ ਨੂੰ ਕੇਰ ਕੇ ਰੱਖਿਆ ਜਾਂਦਾ ਹੈ ਮਤਲਬ ਕਿ ਕਾਫੀ ਇਹਨਾਂ ਦਾ ਜਿਹੜਾ ਦੋਸਤਾਂ ਦਾ ਗਰੁੱਪ ਉੱਥੇ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਪਰਸਥਿਤੀ ਕੋਈ ਨਾ ਕੋਈ ਜਿਹੜੀ ਕਠਨ ਵੀ ਅਗਰ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਆਉਂਦੀ ਹੈ ਤੇ ਜਿਹੜੇ ਲੋਕ ਹੁੰਦੇ ਹਨ ਬਿਲਕੁਲ ਜਿੱਦਾਂ ਕਿ ਹੌਸਲੇ ਵਾਲੀ ਲੋਕ ਹੁੰਦੇ ਹਨ ਉਸ ਪਰਸਥਿਤੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਇਹ ਹਮੇਸ਼ਾ ਉਸ ਦੇ ਵਾਸਤੇ ਤਿਆਰ ਰਹਿੰਦੇ ਹਨ ਜਿਹੜਾ ਇਹਨਾਂ ਦਾ ਗ੍ਰੈਸਟੀ ਜੀਵਨ ਹੁੰਦਾ ਹੈ ਜੀ ਜ਼ਿਆਦਾਤਰ ਸਫ ਇਨਾਂ ਦੀ ਸੁਭਾਅ ਦੀ ਵਜ੍ਹਾ ਦੇ ਨਾਲ ਕਈ ਵਾਰ ਕੀ ਹੁੰਦਾ ਕਿ ਜਿਹੜੀ ਇਹਨਾਂ ਦੀ ਪਤਨੀ ਹੁੰਦੀ ਹੈ ਉਹ ਕੋਈ ਵਾਰ ਇਹਨਾਂ ਦੇ ਉੱਤੇ ਸ਼ੱਕ ਵਗੈਰਾ ਵੀ ਕਰਦੀ ਹੈ। ਅਗਰ ਕੋਈ ਲੇਡੀ ਜਾਂ ਟੈਜੈਂਟਸ ਜਿਹੜਾ ਹੈ ਚੁੱਸ ਸ਼ੱਕ ਕਰ ਸਕਦਾ ਕਿਉਂਕਿ ਇਹਨਾਂ ਦਾ ਸੁਭਾਅ ਮਿਲਣ ਅਨਸਾਰ ਹੁੰਦਾ ਹੈ। ਇਹ ਸਾਰੇ ਲੋਕਾਂ ਨਾਲ ਘੋਲ ਮਿਲਦੇ, ਗੱਲ ਕਰਦੇ ਹਨ। ਇਸ ਵਾਰ ਕਈ ਵਾਰ ਕੀ ਹੁੰਦਾ ਕਿ ਇਸ ਕਰਕੇ ਕਈ ਵਾਰ ਘਰ ਦੇ ਵਿੱਚ ਥੋੜਾ ਬਹੁਤ ਝਗੜਾ ਵੀ ਹੋ ਜਾਂਦਾ ਹੈ। ਤੇ ਜਿਹਨਾਂ ਲੋਕਾਂ ਦੇ ਵਿੱਚ ਪਤੀ ਪਤਨੀ ਦਾਸ ਦੇ ਵਿੱਚ ਤਲਾਕ ਹੁੰਦਾ ਹੈ ਤੇ ਇਹਨਾਂ ਦਾ ਮੇਨ ਕਾਰਨ ਇਹੀ ਜਿਹੜਾ ਇਹਨਾਂ ਦਾ ਸੁਭਾਅ ਉਹੀ ਬਣਦਾ ਹੈ। ਕਿਉਂਕਿ ਸੁਭਾਅ ਜਿਹੜਾ ਹੈ ਜੀ ਜ਼ਿਆਦਾ ਖ ਤੁਈ ਇਸ ਨੂੰ ਆਪਾਂ ਨੈਗੇਟਿਵ ਪੁਆਇੰਟ ਵੀ ਕਹਿ ਸਕਦੇ ਆ ਅਗਰ ਜਿਆਦਾ ਖੁੱਲਾ ਸੁਭਾਅ ਹੈ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਵਿੱਚ ਫਿਰ ਨਵੀਂ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਵੀਡੀਓ ਦੇਖੀ ਧੰਨਵਾਦ